ਕਾਨੂੰ ਮਾਰਦਾ ਚੰਦਰੀਆ ਸ਼ਮਕਾਂ ਮੈਂ ਕੱਚ ਦੇ ਗਲਾਸ ਵਰਗੀ ਫੇਰ ਰੋਮੇਗਾ ਢਿੱਲੇ ਜੇ ਬੁੱਲ ਕਰਕੇ ਬੇਪਾਲੀ ਬੀਬਾ ਜਦੋਂ ਮਰ ਗਈ ਨਰਿੰਦਰ ਬੀਬਾ ਦਾ ਗਾਇਆ ਇਹ ਗੀਤ 1967 ਵਿੱਚ ਐਚ ਐਮ ਬੀ ਕੰਪਨੀ ਨੇ ਰਿਕਾਰਡ ਕੀਤਾ ਸੀ ਤੇ ਇਸੇ ਸਾਲ ਰਿਲੀਜ਼ ਕਰ ਦਿੱਤਾ ਸੀ ਦੇਵ ਤ੍ਰਿਕਾਂ ਵਾਲੇ ਦਾ ਲਿਖਿਆ ਇਹ ਗੀਤ ਜਦੋਂ ਪਿੰਡਾਂ ਦੇ ਸਪੀਕਰਾਂ ਤੇ ਵੱਜਿਆ ਤਾਂ ਇਹ ਗੀਤ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜ ਗਿਆ ਵਧੀਆ ਗੀਤਕਾਰ ਜਦੋਂ ਕੋਈ ਗਾਣਾ ਲਿਖਦਾ ਹੈ ਤਾਂ ਆਮ ਤੌਰ ਤੇ ਕਿਸੇ ਘਟਨਾ ਜਾਂ ਦ੍ਰਿਸ਼ ਨੂੰ ਅੱਖਾਂ ਸਾਹਮਣੇ ਰੱਖ ਕੇ ਲਿਖਦਾ ਹੈ ਇਸ ਗਾਣੇ ਦੇ ਲਿਖੇ ਜਾਣ ਪਿੱਛੇ ਵੀ ਇੱਕ ਕਹਾਣੀ ਸੀ ਜੋ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਛੋਟੀ ਦੇ ਪੰਜਾਬੀ ਗਾਇਕਾਂ ਤੇ ਗੀਤਕਾਰਾਂ ਨੂੰ ਨੇੜਿਓਂ ਜਾਣਨ ਵਾਲੇ ਮਾਨਸੇ ਵਾਲੇ ਅਸ਼ੋਕ ਬਾਂਸਲ ਜੀ ਨੇ 2 ਸਾਲ ਪਹਿਲਾਂ ਫੇਸਬੁੱਕ ਤੇ ਆਪਣੀ ਇੱਕ ਪੋਸਟ ਵਿੱਚ ਉਸ ਘਟਨਾ ਦਾ ਜ਼ਿਕਰ ਕੀਤਾ ਸੀ ਜੋ ਇਸ ਗੀਤ ਦੇ ਲਿਖੇ ਜਾਣ ਦਾ ਕਾਰਨ ਬਣੀ ਅਸ਼ੋਕ ਬਾਂਸਲ ਮਾਨਸਾ ਦੇ ਦੱਸਣ ਅਨਸਾਰ ਹਰਦੇਵ ਦਲਗੀਰ ਇੱਕ ਦਿਨ ਬੀਬਾ ਜੀ ਨੂੰ ਮਿਲਣ ਉਹਨਾਂ ਦੇ ਘਰ ਗਏ ਬੀਬਾ ਉਸ ਵੇਲੇ ਅੱਖਾਂ ਪੁੰਚ ਕੇ ਗੱਲਾਂ ਕਰ ਰਹੀ ਸੀ ਹਰਦੇਵ ਦਲਗੀਰ ਨੇ ਮਹਿਸੂਸ ਕੀਤਾ ਕਿ ਬੀਬਾ ਤੇ ਉਸਦੇ ਪਤੀ ਪਾਲੀ ਵਿਚਕਾਰ ਮੀਆਂ ਬੀਵੀ ਵਾਲਾ ਟਕਰਾਅ ਹੋ ਕੇ ਹਟਿਆ ਹੈ ਗੀਤਕਾਰ ਦੀ ਕਲਮ ਨੇ ਅੱਖੀਂ ਡਿੱਠੇ ਉਸ ਦ੍ਰਿਸ਼ ਨੂੰ ਇੰਜ ਬਿਆਨ ਕੀਤਾ ਕਿ ਉਹ ਘਰ ਘਰ ਦੀ ਕਹਾਣੀ ਬਣ ਗਈ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਸਨ ਕਾ ਨੂੰ ਮਾਰਦਾ ਚੰਦ ਰਿਆ ਸ਼ਮਕਾਂ ਮੈਂ ਕੱਚ ਦੇ ਗਲਾਸ ਵਰਗੀ ਫੇਰ ਰੋਮੇਗਾ ਢਿੱਲੇ ਜੇ ਬੁੱਲ ਕਰਕੇ ਬੇਪਾਲੀ ਬੀਬਾ ਜਦੋਂ ਮਰ ਗਈ ਕਾਲਾ ਚਾਦਰਾਂ ਪਿਆਜੀ ਤੇਰਾ ਸਾਫਾ ਬੇ ਤਾਈ ਮੇਰੀ ਦੇਖ ਡੁੱਲ ਗਈ ਤੇਰੀ ਵੇਖ ਕੇ ਸ਼ਕੀਨੀ ਬੁੜੀ ਅਨਪੜ ਵੇ ਦੇਖਣਾ ਸੁਭਾਅ ਭੁੱਲ ਗਈ ਮਾਰੀ ਛੱਟੀ ਜੋ ਅਜੇ ਤੱਕ ਰੜ ਕੇ ਵੇ ਤੇਰੇ ਪਿੱਛੇ ਲੱਗ ਸੜ ਗਈ ਕਾਹ ਨੂੰ ਮਾਰਦਾ ਚੰਦਰਿਆ ਸ਼ਮਕਾਂ ਮੈਂ ਕੱਚ ਦੇ ਗਲਾਸ ਵਰਗੀ ਫੇਰ ਰੋਮੇਗਾ ਢਿੱਲੇ ਜੇ ਬੁੱਲ ਕਰਕੇ ਵੇ ਪਾਲੀ ਬੀਬਾ ਜਦੋਂ ਮਰ ਗਈ ਸਾਲਾ ਕਗਰਾ ਸੰਦੂਕ ਵਿੱਚ ਮੇਰਾ ਤੂੰ ਦੇਖ ਦੇਖ ਰੋਵੇਂਗਾ ਜੱਟਾ ਬਹਿਣ ਪਾਈ ਕਿਕਰਾਂ ਦੇ ਗੜ ਲੱਗ ਕੇ ਤੂੰ ਦੇਖ ਮੇਰਾ ਡੋਰੀਆ ਖੱਟਾ ਲਾਲੀ ਪੀ ਗਿਆ ਬੁੱਲਾਂ ਦੀ ਗੰਮ ਮੇਰੀ ਪਤਾਸੇ ਵਾਂਗੂ ਦੇਵ ਖੁਰਗੀ ਕਾਨੂੰ ਮਾਰਦਾ ਚੰਦਰਿਆ ਸ਼ਮਕਾਂ ਮੈਂ ਕੱਚ ਦੇ ਗਲਾਸ ਵਰਗੀ ਫਿਰ ਓਮੇਗਾ ਢਿਲੇ ਜੇ ਭੁੱਲ ਕਰਕੇ ਬੇਪਾਲੀ ਬੀਬਾ ਜਦੋਂ ਮਰ ਗਈ ਦੋਸਤੋ ਕਿਦਾਂ ਦੀ ਲੱਗੀ ਇਹ ਜਾਣਕਾਰੀ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ